सनाम निरंजन हो, ऐसा नाम निरंजन हो। जे को मन जाने मन कोए, जे को मन जाने मन कोए, ऐसा नाम निरंजन हो, ऐसा नाम निरंजन हो। अमरदास रामदास हुई
सहाय अर्जुन हर गोविंद नु सिमरो श्री हर राय श्री हर कृष्ण जी ते आये जिस सब दुख जाय तीग बहादुर शुक्र करण दिया विताय सब थाई होना जी सहाय दसवीं पातशाह साहब श्री गुरु गोबिंद सिंह साहब जी महाराज सब थाई होना जी सहाय दसा पातशाह दी जोत साहब श्री गुरु ग्रंथ साहब जी दे पाठ दीदार दा तियां धर के खालसा जी बलगे प्यारियां चौंसे बजारियां उजारी मुकदियां हटियां जपियां तबियां जिन्हां ने नाम जपिया मन के छकिया टिकलाई सिंगणियां ई दरबारी तां शीश दित्ते बंद बंद कटाई ओपरियां लवाईयां त्रिपणियां ते जड़ी तन हारियां नाल चलाई गुरद्वारियां दी सेवारी कुरबानियां कीतियां तरपणी हारिया सिद्धी सिद्धपुर केसां सोसां संगनी भरिया राजी कमाई दातियां तरके करसा प्रथमी सरबत खालसा की अरदास हरी सरबत खालसा की को वाहे
ਪਾਪਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਲੂ ਪਰਾਗ ਦੇ ਅੰਦਰ ਸੂਚਨਾ ਜੀਵਿਤ ਸਥਿਤੀਆਂ ਨੂੰ ਸ਼ਬਦੇ ਜੰਗਲ ਦੇ ਅੰਦਰ ਜਾਂ ਖੁੱਲ੍ਹੇ ਖੇਤ ਦੇ ਅੰਦਰ ਜਿਹੜੇ ਸੂਰਜ ਭਵਨ ਦੇ ਉੱਤੇ ਉੱਥੇ ਪਹੁੰਚੇ ਜਾ ਰਹੇ ਅਤੇ ਉੱਥੋਂ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਜਦੋਂ ਅਮਰ ਵੇਲਾ ਹੁੰਦਾ ਹੈ ਸੂਰਜ ਦੀ ਪਹਿਲੀ ਕਿਰਨ ਨਿਕਲਦੀ ਹੈ ਅਤੇ ਉਸ ਤਾਲੀਆਂ ਦੇ ਉੱਤੇ ਕਈ ਪ੍ਰਕਾਰ ਦੇ ਪੰਛੀ ਬੈਠੇ ਹੁੰਦੇ ਹਨ ਆਪਣੇ ਆਪਣੇ ਵਿਚਾਰ ਉੱਤੇ ਸਾਂਝੇ ਕਰਦੇ ਅਤੇ ਜਦੋਂ ਸੂਰਜ ਦੀ ਪਹਿਲੀ ਕਿਰਨ ਲੱਗਦੀ ਹੈ ਤਾਂ ਪ੍ਰਾਣ ਭਰਦੇ ਨੇ ਅਸਮਾਨ ਦੇ ਅੰਦਰ ਉਸ ਆਲਣ ਦੇ ਵਿਪਰਦੇ ਪਾਠ ਕਰਦੇ ਨੇ ਉਹਨਾਂ ਦੇ ਮਾਤਾ ਪਿਤਾ ਲਿਆ ਕੇ ਚੋਲਾ ਚੁੱਕਦੇ ਉਹਨਾਂ ਦੇ ਰੂਪ ਵਿੱਚ ਸ਼ਾਮ ਕਹਿੰਦੇ ਅੱਗੇ ਵੀ ਗੱਲ ਭਾਰਤੀ ਪਾਸ਼ਾ
ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਏ ਜਿਸ ਰਿਠੀ ਸਭ ਦੁੱਖ ਜਾਈ ਤੀਗ ਬਹਾਦਰ ਸਿਖਰ ਕਰਨ ਦਿਆ ਵੇਤਾਈ ਸਭ ਥਾਈ ਹੁਣਾ ਜੀ ਸਹਾਈ ਦਸਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੁਣਾ ਜੀ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧੀਆਂ ਧਰ ਕੇ ਖਾਲਸਾ ਜੀ ਬੋਲੀਏ ਪੰਜਾਬ ਪਿਆਰੀਆਂ ਚੌਂਸੇ ਮਜਾਰੀਆਂ ਚਾਲੀ ਮੁਕਤੀਆਂ ਹੱਡੀਆਂ ਜੰਮੀਆਂ ਤਵੀਆਂ ਜਿਨ੍ਹਾਂ ਨੇ ਨਾਮ ਜਪਿਆ ਅੜਕੇ ਛਕਿਆ ਤੇ ਕਲਾਈ ਤੇ ਗਵਾਈ ਤੇ ਕੇ ਅੜ ਡਿੱਗ ਪੀਤਾ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਧੀ ਸਿਦਪੁਰ ਕੇਸਾਂ ਸਵਾਸਾਂ ਸੰਗਤੀ ਭਰਿਆ ਰਾਜੀ ਕਮਾਈ ਦਾ ਸਾਕਸ਼ਾਤ ਕਰਨੀਆਂ ਨੂੰ ਭਾਣਾ ਮੰਨਦਾ ਵਰਤ
ਨਿਵਾਸ ਕੋਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ
ਸਭ ਸਦੀਆਂ ਨੂੰ ਭਾਰਤ ਮਹਿਸੂਸ ਕਰਨਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਰਸਾ ਭਾਈ ਬਲਜੀਤ ਸਿੰਘ ਜੀ ਹਰਾ ਜਿਹੜੇ ਕਿ ਆਸਟ੍ਰੇਲੀਆ ਉਹਨਾਂ ਦਾ ਫੋਨ ਆਇਆ ਸੀ ਕਿ ਸਾਡੀ ਵੀ ਹਾਜ਼ਰੀ ਸਾਂਝਾ ਕਰਨ ਵਾਲੀ ਉਹ ਵੀ ਸਰਦਾਰ ਅਮਰਿੰਦਰ ਸਿੰਘ ਨੂੰ ਸ਼ਰਧਾ ਦੇ ਰੂਪ ਵਿੱਚ ਇਕੱਠੇ ਨੇ ਤੋਂ ਬੇਨਤੀ ਹੈ ਪਰਸਾ ਭਾਈ ਅਮਰਿੰਦਰ ਸਿੰਘ ਦੇ ਵੱਡੇ ਸਪੁੱਤਰ ਪਰਸਾ ਭਾਈ ਯੁਵਰਾਜ ਸਿੰਘ ਨੂੰ ਪੁਆਣੀ ਗੁਰੂ ਘਰ ਵੱਲੋਂ ਸਰਕਾਰ ਪ੍ਰਾਪਤ ਕਰ ਲਓ ਬੇਨਤੀ ਹੈ ਸਰਦਾਰ ਪ੍ਰੀਤਮ ਸਿੰਘ ਜੀ ਮਾਨਗੜ ਉਹਨਾਂ ਨੂੰ ਤੋਂ ਮੈਂ ਕਿਹਾ ਪ੍ਰਾਪਤ ਕਰਵਾ ਉਹ ਦੱਸਣਗੇ ਬੇਨਤੀ ਕਰਦੇ ਹਾਂ ਪਰਸਾ ਭਾਈ ਯੁਵਰਾਜ ਸਿੰਘ ਜੀ ਪੁਆੜ ਕੇ ਗੁਰੂ ਘਰ ਵੱਲੋਂ ਸਿਰਫ ਦਸਤਾਰ ਪ੍ਰਾਪਤ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਮਾਗਮ ਸੰਤ ਸਮਾਗਮ ਕਰਾਉਣੇ ਸ਼ੁਰੂ ਕੀਤੇ ਇਹ
ਇਸੇ ਤਰ੍ਹਾਂ ਇਹਨਾਂ ਦੇ ਭਤੀਜੇ ਜਗਰਾਜ ਸਿੰਘ ਦੇ ਭਰਾ ਰੀਅਲ ਸਟੇਟ ਦੀ ਤੁਸੀਂ ਦੇਖਦੇ ਵੱਡੇ ਸਪੁੱਤਰ ਹਨ, ਨੋਬਲ ਕੰਪਨੀ ਦੇ ਰੀਅਲ ਸਟੇਟ ਦਾ ਕੰਮ ਕਰਦੇ ਹਨ, ਛੋਟੇ ਸਪੁੱਤਰ ਗੁਰਪ੍ਰੀਤ ਸਿੰਘ ਜੀ ਕਨੇਡਾ ਤੇ ਉਹਨਾਂ ਦੇ ਭਤੀਜੇ ਰੁਪਿੰਦਰ ਸਿੰਘ ਜੀ ਗਿੱਲ ਕਨੇਡਾ, ਕਮਲਜੀਤ ਸਿੰਘ ਜੀ ਗਿੱਲ, ਰਣਜੋਤ ਸਿੰਘ ਜੀ ਜੋਧਾ ਜੋ ਕਿ ਕਾਂਗਰਸ ਆਈ ਦੇ ਸੀਨੀਅਰ ਆਗੂ ਹਨ, ਜਨ ਮਹਾਂਸਭਾ ਦੇ ਲੁਧਿਆਣਾ ਦੇ ਵਿਦਿਆਰਥੀ ਦੇ ਪ੍ਰਧਾਨ ਹਨ, ਰਮਨਦੀਪ ਸਿੰਘ ਗਿੱਲ ਤੇ ਗਗਨਦੀਪ ਸਿੰਘ ਗਿੱਲ, ਇਹ ਸਾਰੇ ਰਲ ਕੇ ਬੜਾ ਸਾਫ਼ ਸੁਥਰਾ ਨੋਬਲ ਕਾਪਟੀ ਦੇ ਬੈਠ ਕੇ ਸਾਫ਼ ਸੁਥਰਾ ਰੀਅਲ ਸਟੇਟ ਦਾ ਕੰਮ ਕਰਦੇ ਹਨ। ਸਾਧ ਸੰਗਤ ਜੀ, ਮੈਂ ਸਮਝਦਾ ਸਾਧ ਸੰਗਤ ਜੀ ਸੂਚਨਾ ਲਈ 2947 ਇੰਡੀਆ ਵਿੱਚ ਵਿਚਾਲੇ ਕਰੀ ਅੜਿੱਕੇ ਦੇ ਵਿੱਚੋਂ ਅਰੇ ਕਰਦੀਆਂ ਜੋ ਵੀ ਸੱਜਣ ਹਨ ਉਹ ਗੱਡੀ ਨੂੰ ਜਾ ਕੇ ਪਰੇ ਕਰਨ। ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਦੇਖਦੇ ਹਾਂ ਕਿ ਸਰਦਾਰ ਪ੍ਰੀਤ ਸਿੰਘ ਹੋਣਾ ਦਾ ਜਿਹੜਾ ਪਿਆਰ ਹੈ ਉਹਨਾਂ ਦੀ ਮਸ਼ਹੂਰ ਅੱਜ ਆਪਾਂ ਸਾਰੇ ਭਲੀ ਭਾਂਤ ਦੇਖ ਰਹੇ ਹਾਂ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਕੁਛ ਸ੍ਰੀ ਆਗੂ ਦੇ ਅੱਜ ਹੋਰ ਵੀ ਇੱਕ ਸਦਮਾ ਹੋਇਆ, ਕੋਟਲੀ ਪਰਿਵਾਰ ਨਾਲ ਉੱਥੇ ਹਾਜ਼ਰੀ ਲਵਾ ਕੇ ਉੱਥੇ ਗਏ ਹਨ, ਜਿਸ ਤਰ੍ਹਾਂ ਸਾਧਾ ਸਿੰਘ ਜੀ ਅਮ੍ਰਿਤਪੁਰੀ ਚੇਅਰਮੈਨ ਐਸਐਸ ਬੋਰਡ ਪ੍ਰਧਾਨ ਲੁਧਿਆਣਾ ਵਿਦਿਆਰਥੀ ਉਹ ਵੀ ਹਾਜ਼ਰੀ ਲਵਾ ਕੇ ਜਾ ਚੁੱਕੇ ਹਨ। ਸੋ ਸਾਧ ਸਿੰਘ ਜੀ, ਇਹ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਜਿਹੜੀ ਸਮਾਜ ਨੂੰ ਧਰਮ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਸੋ ਮੈਂ ਸਮਾਂ ਜ਼ਿਆਦਾ ਵਾਸਤੇ ਵਿਚਾਰ ਵਿਚਕਾਰ ਨਹੀਂ ਕਰਦਾ। ਇਹ ਬਹੁਤ ਜਿਹੜੀ ਅਕਲ ਸੱਚਾਈ ਹੈ, ਆਪ ਸੁੰਦਰ ਕੁਲੀਨ ਚਤਰ ਮੁਲਕ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੁਰਬਾਣੀ ਇਸ ਮੌਤ ਨੂੰ ਮੌਤ ਨਹੀਂ ਮੰਨਦੀ, ਗੁਰਬਾਣੀ ਦਾ ਫਰਮਾਨ ਹੈ ਜੋ ਜਿਵ ਸੋ ਮਿਟਸ ਹੈ। ਜਿਹੜਾ ਪੈਦਾ ਹੋਇਆ ਸਾਧ ਸਿੰਘ ਜੀ ਉਹਨੇ ਅਟਲ ਇਸ ਸੰਸਾਰ ਤੋਂ ਜਾਣਾ ਹੈ, ਜਿਸ ਤਰ੍ਹਾਂ ਸਾਡੇ ਵੀਰ ਸਰਦਾਰ ਪ੍ਰੀਤ ਸਿੰਘ ਜੀ ਗਿੱਲ ਨੂੰ ਕੁਛ ਦਿਨ ਪਹਿਲਾਂ ਇੱਕ ਨਾਮ ਵਾਲਾ ਬਿਮਾਰੀ ਨੇ ਸਭ ਤੋਂ ਸਦਾ ਲਈ ਵਿਛੋੜ ਦਿੱਤਾ। ਸੋ ਸਾਧ ਸੰਗਤ ਜੀ, ਇਹਨਾਂ ਦੇ ਨਾਲ ਦੁੱਖ ਸਾਂਝਾ ਕਰਕੇ ਕਿਤੇ ਪਰਿਵਾਰ ਨਾਲ ਸ਼ਰਨਜੀਤ ਸਿੰਘ ਜੀ ਢਿੱਲੋਂ, ਸਿੰਚਾਈ ਮੰਤਰੀ ਪੰਜਾਬ ਮਨਜੀਤ ਸਿੰਘ ਜੀ ਦਾ ਦਾਖਾ, ਸਾਬਕਾ ਮੰਤਰੀ ਪੰਜਾਬ ਹਰਿੰਦਰ ਸਿੰਘ ਜੀ ਖਾਲਸਾ ਜਗਤੀ ਜਿਨ੍ਹਾਂ ਨੇ ਸੋਗ ਸੁਨੇਹਾ ਭੇਜਿਆ, ਚਰਨਜੀਤ ਸਿੰਘ ਜੀ ਅਗਵਾਲ ਸਪੀਕਰ ਵਿਧਾਨ ਸਭਾ ਪੰਜਾਬ ਜਿਨ੍ਹਾਂ ਨੇ ਸੋਗ ਸੁਨੇਹਾ ਭੇਜਿਆ, ਰਵਨੀਤ ਸਿੰਘ ਜੀ ਬਿੱਟੂ ਐਮ ਪੀ ਤੇ ਗੁਰਪ੍ਰੀਤ ਸਿੰਘ ਜੀ ਕੋਟਲੀ ਐਮ ਐਲ ਏ, ਉਹਨਾਂ ਦੇ ਪਰਿਵਾਰ ਤੇ ਵੀ ਇਹ ਜਿਹਾ ਭਾਣਾ ਵਾਪ ਰਿਹਾ, ਉਹਨਾਂ ਨੇ ਵੀ ਸੋਗ ਸੁਨੇਹਾ ਭੇਜਿਆ। ਸਰਦਾਰ ਹਰਿੰਦਰ ਸਿੰਘ ਜੀ ਲੱਖੋਵਾਲ ਚੇਅਰਮੈਨ ਸ਼ੁਗਰ ਮਿਲ ਗੋਡੇਵਾਲ, ਬਾਬਾ ਵਿਸ਼ਕਰਮਾ ਵੈਲਫੇਅਰ ਟਰੱਸਟ ਵੱਲੋਂ ਜਸਵੰਤ ਸਿੰਘ ਜੀ ਸੋਗ ਸੁਨੇਹਾ ਲੈ ਕੇ ਆਏ ਹਨ। ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਜਸਵੇਰ ਸਿੰਘ ਜੀ ਬੌਂਦੜੀ, ਜਸਪਾਲ ਸਿੰਘ ਜੀ ਗਾਹੀ ਪੈਣੀ। ਹੁਣ ਮੈਂ ਬੇਨਤੀ ਕਰਦਾ ਸਿਰਫ ਦੁੱਧ ਪਲਾਰੇ ਬੁਲਾਉਣੇ ਹਨ। ਸਾਧ ਸਿੰਘ ਜੀ, ਗਰਮੀ ਦਾ ਟਾਈਮ ਹੈ, ਸਮਝਣਾ ਮਜ਼ਾਕ ਨੂੰ ਸਮਝਦੇ ਹੋਏ ਮੈਂ ਬੇਨਤੀ ਕਰੂੰਗਾ ਬੁਲਾਰਿਆਂ ਨੂੰ। ਬਾਬਾ ਜਗਰੂਪ ਸਿੰਘ ਜੀ ਚੇਅਰਮੈਨ ਕਮੇਟੀ ਸਾਹਿਬਾਲ ਮਾਇਕ ਤੇ ਆ ਕੇ ਵਿਛੜੀ ਆਤਮਾ ਨੂੰ ਸ਼ਰਧਾ ਵਿਧ ਭੇਟ ਕਰਨ। ਬਾਬਾ ਜਗਰੂਪ ਸਿੰਘ ਜੀ, ਜੋ ਵੀ ਜੀਵ ਇਸ ਸੰਸਾਰ ਤੇ ਅਮੀਲਾਦਾ ਹੈ, ਰੰਗ ਹੈ, ਗਰੀਬ ਹੈ, ਅਮੀਰ ਹੈ, ਕਿਤਨਾ ਵੀ ਕੋਈ ਵੱਡਾ ਹੈ, ਉਹਦੇ ਜਾਣ ਤੋਂ ਆਉਣਾ ਕਿ ਆਪਣੀ ਉਮਰ ਮੁਤਾਬਕ ਇਹ ਸੰਸਾਰ ਤੋਂ ਹੋ ਕੇ ਚਲੇ। ਅੱਜ ਆਪਾਂ ਸਾਰੇ ਸਰਦਾਰ ਪ੍ਰੀਤਮ ਸਿੰਘ ਜਿਹਨਾਂ ਦੀ ਕੋਈ ਬਾਹਲੀ ਉਮਰ ਨਹੀਂ ਸੀ,
1952 ਵਿੱਚ ਜਨਮੇ ਸਿਰਫ 66 ਵਰੇ ਹੋਏ। ਸਵਰਗਵਾਸੀ ਨਿਰਭਰਤਾ ਜਗਦੀਪ ਸਿੰਘ ਜਗਾਲੀ ਵਾਲੇ ਦੇ ਘਰ ਜਨਮਦੇ ਆ। ਚਾਰ ਪੁੱਤਰ ਸਰਦਾਰ ਜਗੀਰ ਸਿੰਘ ਦੇ, ਜਿਹਨਾਂ ਦਾ ਦੱਸਿਆ ਗਿਆ ਬਈ ਪਿਆਰਾ ਸਿੰਘ ਜਿਹੜੇ ਕਨੇਡਾ ਕਹਿੰਦੇ, ਔਰ ਸਰ ਦਰਸ਼ਨ ਸਿੰਘ ਅਤੇ ਸਾਡੇ ਛੋਟੇ ਭਾਈ ਪਰਮਿੰਦਰ ਮਲਕੀਤ ਸਿੰਘ ਜੀ ਅਤੇ ਭੈਣਾਂ ਦੇ ਵੱਡੇ ਵੱਸਦੇ ਵੱਸਦੇ ਪਰਿਵਾਰ ਨੂੰ ਅੱਜ ਸੰਸਾਰ ਨੂੰ ਛੱਡ ਕੇ ਚਲੇ। ਜਾਣਾ ਭਾਵੇਂ ਸਭ ਨੇ ਪਤਾ ਸੀ ਵੀ ਨਾ ਬਰਾ ਬਿਮਾਰੀ ਲੱਗ ਗਈ, ਪਰ ਦਿਲ ਦਾ ਇੰਨਾ ਨਿਰਦੇਸ਼ ਸੀ ਕਹਿੰਦਾ ਤਾਂ ਕੀ ਹੋ ਗਿਆ ਯਾਰ, ਤੇ ਕੀ ਗੱਲ ਹੈ, ਉਸੇ ਬਿਮਾਰੀ ਹੋ ਗਈ ਇੰਨੀ ਮਨੁ ਮਨੁ ਕਰੀ ਜਾਣ, ਪਤਾ ਹੋਣ ਤੇ ਵੀ ਮੈਂ ਪੁੱਛਣਾ ਨਹੀਂ। ਪਰ ਉਹ ਬੰਦਾ ਦਲੇਰ ਹੀ ਆ ਗਿਆ ਕਿ ਤਾਂ ਕੀ ਹੋ ਗਿਆ ਯਾਰ। ਸਰਦਾਰ ਸਵਰਗਵਾਸੀ ਜਗਦੀਪ ਸਿੰਘ ਦਾ ਪਰਿਵਾਰ ਜਿਹੜਾ ਜਨਾਣੀ ਦੇ 5000 ਮੰਨੇ ਪਰਮੰਨੇ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਠੀਕ ਹੈ, ਪਰ ਦੁੱਖ ਤਾਂ ਬਹੁਤ ਹੋਇਆ। ਭਾਵੇਂ ਕਿਸੇ ਕਿਸਮ ਦੀ ਇਸ ਪਰਿਵਾਰ ਕੋਲ ਕੋਈ ਕਮੀ ਨਹੀਂ, ਪਰ ਅੱਜ ਪ੍ਰੀਤਮ ਸਿੰਘ ਨੂੰ ਜੋ ਪੁੱਤਰਾਂ ਦੇ ਸਿਰ ਤੇ, ਭਾਈਆਂ ਦੇ ਸਿਰ ਤੇ ਆਪਣੀ ਮੌਜ ਕਰਨ ਦਾ ਸਮਾਂ ਸੀ, ਕਿਉਂਕਿ ਬਹੁਤ ਖੇਤੀਬਾੜੀ ਕੀਤੀ ਇਸ ਪਰਿਵਾਰ ਨੇ, ਰਹਿ ਕੇ ਸਾਰੇ ਪਰਿਵਾਰ ਨੇ, ਪਰ ਅੱਜ ਮਾਂ ਬੈਠੀ ਹੈ 75 ਦੀ ਤੇ ਬੁੱਧ ਚਲਾ ਗਿਆ ਤੇ ਦੁੱਖ ਬੜਾ, ਪਰ ਆਪਾਂ ਨੂੰ ਕਰ ਨਹੀਂ ਸਕਦੇ। ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਹੈ, ਇਸ ਮਾਲਕ ਦਾ ਹੁਕਮ ਹੈ, ਭਾਣਾ ਹੈ, ਜਿੱਥੇ ਸਾਰਿਆਂ ਨੇ ਲੜ ਕੇ ਅਰਦਾਸ ਕੀਤੀ ਹੈ। ਮੈਂ ਵੀ ਸੱਚੇ ਪਾਤਸ਼ਾਹ ਅਤੇ ਚਰਨਾਂ ਵਿੱਚ ਅਰਦਾਸ ਕਰਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ, ਕਿਉਂਕਿ ਸੈਕਟਰੀ ਸਾਹਿਬ ਬੋਲ ਚੁੱਕੇ ਨੇ, ਮੰਤਰੀ ਜੀ ਵੀ ਆ ਕੇ ਚਲੇ ਗਏ, ਸੰਤਾ ਸਿੰਘ ਜੀ ਕੱਲ੍ਹ ਰਾਤ ਹੀ ਬੈਠ ਕੇ ਦੁੱਖ ਦਾ ਪ੍ਰਗਟਾਵਾ ਕਰ ਕੇ ਗਏ ਨੇ। ਇਸ ਲਈ ਮੈਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਪਰਿਵਾਰ ਦੇ ਨਾਲ ਆਪਣੇ ਛੋਟੇ ਵੀਰ ਸਰਦਾਰ ਪ੍ਰੀਤਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਔਰ ਇਹ ਅਰਦਾਸ ਕਰਦਾ ਹੈ ਪਾਤਸ਼ਾਹ ਉਸ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇ ਕਿ ਉਹਨਾਂ ਦੇ ਦੋਵਾਂ ਪੁੱਤਰਾਂ ਨੂੰ ਤੇ ਭਰਾਵਾਂ ਨੂੰ ਇਸੇ ਤਰ੍ਹਾਂ ਨੇਕੀ ਦੇ ਚੱਲਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਸੁੱਖੀ ਝੱਜ ਸੀਨੀਅਰ ਕਾਂਗਰਸ ਆਈ, ਰਾਮਨਾਥ ਸਿੰਘ ਜੀ ਸਾਹਮਣੇ ਆ ਸਰਖਲਾ ਪ੍ਰਧਾਨ, ਜਸਵਿੰਦਰ ਸਿੰਘ ਜੀ ਖਵਾਜਕਾਲ ਸਿੰਘ ਕੁਹਾੜਾ, ਅਮੋਲ ਸਿੰਘ ਜੀ ਕੁਹਾੜਾ, ਮਾਸਟਰ ਤੇਲੂ ਰਾਮ ਕੁਹਾੜਾ, ਪੱਤਰਕਾਰ ਅਜੀਤ ਤੋਂ, ਪਰਮਜੀਤ ਸਿੰਘ ਜੀ ਘੁਆਦੀ, ਸੀਨੀਅਰ ਕਮਲਜੀਤ ਸਿੰਘ ਜੀ ਗੋਫਾ ਰਾਏ, ਅਵਤਾਰ ਸਿੰਘ ਜੀ ਵੇਲੋਂ, ਪ੍ਰਧਾਨ ਵੀ ਘੱਟੂ, ਲਖਵਿੰਦਰ ਸਿੰਘ ਜੀ ਪਰਿਵਾਰ ਦੇ ਮੁਕੱਲ ਬਹੁਤ ਕੁਛ ਗਿਆ।
ਦੱਸਿਆ ਗਿਆ ਬਹੁਤ ਕੁਝ ਕਿਹਾ ਜਾ ਸਕਦਾ ਔਰ ਮੇਰੀ ਵੀ ਇਸ ਪਰਿਵਾਰ ਦੇ ਨਾਲ ਸਾਂਝ ਤਕਰੀਬਨ 3-3.5 ਦਹਾਕੇ ਪਹਿਲਾਂ ਸੰਗਤ ਵਿੱਚ ਬੈਠੇ ਨੇ ਮੇਰੇ ਸਰਕਾਰ ਦੇ ਉਤਾਰਿਆ ਜੀ ਸਾਹਿਬ ਰਾਜ ਸਿੰਘ ਜੀ ਮੁਕੰਦਪੁਰ ਉਹਨਾਂ ਦਾ ਸਪੁੱਤਰ ਹੋਣਾ ਮੇਰਾ ਹਮ ਬਣਦੇ ਉਸਦਾ ਸਹੁਰਾ ਪਰਿਵਾਰ ਆ ਜੀ ਲਾੜੀ ਪਰਿਵਾਰ ਔਰ ਉਸ ਤੋਂ ਬਾਅਦ ਤਾਂ ਮੇਰੇ ਪਰਮ ਮਿੱਤਰ ਸਾਹਿਬ ਮੋਹਨ ਸਿੰਘ ਜੀ ਧਾਦਰਾ ਸਾਡੀ ਬੇਟੀ ਇਸੇ ਪਰਿਵਾਰ ਦੇ ਵਿੱਚ ਸਾਹਿਬ ਰਣਜੀਤ ਸਿੰਘ ਦੇ ਬੇਟੇ ਨੂੰ ਵਿਆਹੀ ਹੋਈ ਆ ਸੋ ਮੇਰਾ ਭੈਣ ਤੋਂ ਭਾਵ ਸਵਰਗਵਾਸੀ ਸਾਹਿਬ ਜਗੀਰ ਸਿੰਘ ਉਹਨਾਂ ਦੇ ਮੁਕੰਦ ਇਹ ਬੜਾ ਹੀ ਧਾਰਮਿਕ ਗੱਲਾਂ ਦਾ ਪਰਿਵਾਰ ਆ ਰੱਬ ਦੇ ਪੈਰ ਦੇ ਭੌਲ ਰਹਿਣ ਵਾਲਾ ਪਰਿਵਾਰ ਆ ਔਰ ਇਸ ਪਰਿਵਾਰ ਦੀ ਬੜੇ ਵਧੀਆ ਤਰੀਕੇ ਦੇ ਨਾਲ ਵਪਾਰਕ ਖੇਤਰ ਦੇ ਵਿੱਚ ਵੀ ਨਾਮਣਾ ਕੱਟਿਆ ਸਮਾਜਿਕ ਖੇਤਰ ਦੇ ਵਿੱਚ ਕੱਟਿਆ ਰਾਜਨੀਤਿਕ ਖੇਤਰ ਦੇ ਵੀ ਵਿੱਚ ਬਹੁਤ ਬਣੀਆਂ ਧੁੰਮਾਂ ਇਹ ਪਰਿਵਾਰਕ ਸਮਾਜ ਨੂੰ ਸਹੀ ਸੇਧ ਦੇ ਰਿਹਾ ਗਰਮੀ ਦਾ ਮੌਸਮ ਸੰਗਤ ਅਤੇ ਗੁਰੂ ਮਹਾਰਾਜ ਜੀ ਇਸ ਕਰਕੇ ਅੱਗੇ ਨਹੀਂ ਦਿੰਦੇ ਕਿ ਮੈਂ ਜ਼ਿਆਦਾ ਸਮਾਂ ਤੁਹਾਡੇ ਦਰਬਾਰ ਆਪਾਂ ਸਾਰਿਆਂ ਨੂੰ ਲੜਕੀ ਅਰਦਾਸ ਕੀਤੀ ਕਿ ਇਹ ਵਾਹਿਗੁਰੂ ਉਸ ਦੇਵ ਨੂੰ ਆਪਣੇ ਚਰਨਾਂ ਦੇ ਵਾਸਤੇ ਪਿੱਛੇ ਪਰਿਵਾਰ ਭਾਣਾ ਮੰਨ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੰਨਾ ਚਤਰ ਹੋਵੇ ਆਪਣੇ ਆਪ ਨੂੰ ਚਤਰ ਕਹੇ ਵੀ ਮੈਂ ਬਹੁਤ ਸਿਆਣਾ ਇੰਨਾ ਗਿਆਨਵਾਨ ਹੋਵੇ ਸੋਹਣਾ ਪੱਕ ਵੱਧਦਾ ਹੋਵੇ ਗਾੜਾ ਪ੍ਰਕਾਸ਼ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਸਾਰੇ ਸਰਦਾਰ ਪ੍ਰੀਤ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋਏ ਹਨ ਸੋ ਰਾਗੀ ਸਿੰਘਾਂ ਨੇ ਕੀਰਤਨ ਕਰਦੇ ਜੀਵਨ ਬਾਰੇ ਜਨਮ ਤੋਂ ਲੈ ਕੇ ਮਰਨ ਤੱਕ ਬੜੇ ਵਿਸਤਾਰ ਦੇ ਨਾਲ ਦੱਸਿਆ ਸੋ ਪਰਿਵਾਰ ਬਾਰੇ ਮੇਰੇ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਦੱਸਿਆ ਇਹ ਗਿਲ ਪਰਿਵਾਰ ਚੰਡਾੜੀ ਦੇ ਵਿੱਚ ਜਿਨ੍ਹਾਂ ਦਾ ਪਹਿਚਾਣ ਸਰੀਰ ਔਰ ਹਲੀਮੀ ਦੇ ਨਾਲ ਜਿਹੜੇ ਇਸ ਸਮਾਜ ਦੇ ਵਿੱਚ ਵਿਚਰਦੇ ਨੇ ਸੋ ਸਾਰੇ ਸਰਦਾਰ ਵਿਕਰਮ ਸਿੰਘ ਉਹਨਾਂ ਦੇ ਸਾਰੇ ਭਰਾ ਚਾਹੇ ਕੈਨੇਡਾ ਦੇ ਵਿੱਚ ਸੈਟ ਨੇ ਜਾਂ ਇੱਥੇ ਸਰਦਾਰ ਜਗਜੀਤ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਸਾਡੇ ਨਾਲ ਸੀਨੀਅਰ ਲੀਡਰ ਨੇ ਉਹਨਾਂ ਦੇ ਬੇਟੇ ਗੁਰਪ੍ਰੀਤ ਜੀ ਰਾਜਾ ਜੀ ਉਹਨਾਂ ਦੇ ਭਤੀਜੇ ਰਵਿੰਦਰ ਰਮਨ ਸੋ ਸਾਰੇ ਬੜੀ ਪੜ੍ਹੀ ਲਿਖੀ ਫੈਮਿਲੀ ਹੈ ਸੋ ਬਜ਼ੁਰਗਾਂ ਨੇ ਬੜੇ ਸਿਆਣੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਪੂਰੇ ਪਰਿਵਾਰ ਦੇ ਬੱਚਿਆਂ ਨੂੰ ਬੜਾ ਪੜ੍ਹਾਇਆ ਔਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਦੱਸਿਆ ਕਿ ਇਸ ਪਰਿਵਾਰ ਨੇ ਖੇਤੀ ਦੇ ਵਿੱਚ ਬੜਾ ਆਪਣਾ ਨਾਮ ਕਮਾਇਆ ਔਰ ਆਪਾਂ ਸਮਝਦੇ ਹਾਂ ਕਿ ਸਮੇਂ ਦੇ ਨਾਲ ਨਾਲ ਜਦੋਂ ਆਪਾਂ ਸਮਝਦੇ ਹਾਂ ਕਿ ਇਕੱਲੀ ਖੇਤੀ ਦੇ ਨਾਲ ਘਰ ਦੇ ਇੰਨੇ ਚੰਗੇ ਕੰਮਕਾਰ ਨਹੀਂ ਹੋ ਸਕਦੇ ਸੋ ਸਮੇਂ ਨਾਲ ਸਮੇਂ ਦੀ ਤਬਦੀਲੀ ਦੇ ਨਾਲ ਇਹਨਾਂ ਦੇ ਵਪਾਰਕ ਕੰਮਾਂ 'ਚ ਵੀ ਆਪਣਾ ਹਿੱਸਾ ਪਾਇਆ ਸੋ ਅੱਜ ਦੇ ਪਰਿਵਾਰ ਦਾ ਨਾਮ ਪੂਰੇ ਲੁਧਿਆਣੇ ਦੇ ਵਿੱਚ ਮੈਂ ਸਮਝਦਾ ਪੂਰੇ ਪੰਜਾਬ ਦੇ ਵਿੱਚ ਬੜੇ ਮਾਣ ਔਰ ਸ਼ਾਨ ਦੇ ਨਾਲ ਲਿਆ ਜਾਂਦਾ ਕਿਉਂਕਿ ਸਾਰੇ ਜਿੰਨੇ ਇਹਨਾਂ ਦੇ ਬੇਟੇ ਤੀਜੇ ਸੋ ਮੇਰੇ ਨਾਲ ਹਰ ਰੋਜ਼ ਹੁੰਦੇ ਨੇ ਭਰਾਵਾਂ ਦੇ ਰੂਪ ਅਸੀਂ ਇਹਨਾਂ ਦੇ ਨਾਲ ਵਰਤਦੇ ਹਾਂ ਅੱਜ ਇਸ ਪਰਿਵਾਰ 'ਤੇ ਬੜਾ ਵੱਡਾ ਜਿਹੜਾ ਉਹ ਦੁੱਖ ਪਿਆ ਹਰ ਇੱਕ ਚੀਜ਼ ਜ਼ਰੂਰ ਹੈ ਅਸੀਂ ਬੈਠੇ ਗੱਲ ਕਰਦੇ ਸੀ ਕਿ ਸਰਦਾਰ ਬਿਕਰਮ ਸਿੰਘ ਕਿੰਨੇ ਦਲੇਰ ਸੀ ਜਿਨ੍ਹਾਂ ਨੂੰ ਕਿ 10-12 ਸਾਲ ਪਹਿਲਾਂ ਜਦੋਂ ਡਾਇਗਨੋਜ਼ ਹੋਈ ਸੀ ਇਸ ਬਿਮਾਰੀ ਦਾ ਨਾਂ ਸੁਣ ਕੇ ਬੰਦਾ ਅੱਧਾ ਰਹਿ ਜਾਂਦਾ ਮੈਂ ਕਹਿੰਦਾ ਇੰਨੀ ਵਿਲ ਪਾਵਰ ਸੀ ਇਹਨਾਂ ਦੀ ਲਾਸਟ ਦਿਨ ਤੱਕ ਲੋਕਾਂ ਦੇ ਵਿੱਚ ਵਿਚਰਦੇ ਰਹੇ ਔਰ ਉਹਨਾਂ ਨੂੰ ਬਹੁਤ ਹੀ ਬਿਲਕੁਲ ਪਤਾ ਹੀ ਨਹੀਂ ਸੀ ਕਿ ਮੈਨੂੰ ਇਸ ਤਰ੍ਹਾਂ ਦੀ ਬਿਮਾਰੀ ਹੈ ਐਂਡ ਤੱਕ ਬੜਾ ਲੋਕਾਂ ਦੇ ਨਾਲ ਵਿਚਰ ਕੇ ਆਪਣੇ ਵਿਚਾਰ ਸਾਂਝੇ ਕਰਕੇ ਆਪਣੇ ਕਾਰੋਬਾਰ ਨੂੰ ਕਰਦੇ ਰਹੇ ਸੋ ਲਾਸਟ ਵਿੱਚ 10-12 ਸਾਲ ਬਾਅਦ ਹਰ ਅਕਾਲ ਪੁਰਖ ਨੇ ਉਹਨਾਂ ਨੂੰ ਹੋਰ ਮੌਕਾ ਨਹੀਂ ਦਿੱਤਾ ਸਦਾ ਵਾਸਤੇ ਸਾਡੇ ਵਿੱਚ ਰਹਿ ਗਏ ਸੋ ਅੱਜ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਆਪਣੇ ਨਾਲ
ਦੇ ਸਾਥੀਆਂ ਵੱਲੋਂ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਰੂਪ ਭੇਟ ਕਰਦਾ ਔਰ ਵਾਹਿਗੁਰੂ ਕੀ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਮੈਂ ਸਾਰੇ ਗਿਰੇ ਪਰਿਵਾਰ ਵੱਲੋਂ ਇੱਥੇ ਸਾਰੇ ਆਏ ਜਿੰਨੇ ਰਿਸ਼ਤੇਦਾਰ ਦੋਸਤ ਮਿੱਤਰ ਆਏ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੈ ਇਹ ਦੇ ਤਾਂ ਮੇਰੇ ਕੋਲ